the situation to see for them. To see for the situation. It doesn't come every for the too. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਅਨਦਰ ਵੀਡੀਓ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਉਂਦੀ ਹਾਂ ਕਿ ਇੱਥੇ ਰਾਤ ਨੂੰ ਕਹਿੰਦੇ ਸੀ ਬਹੁਤ ਤੇਜ਼ ਬਾਰਿਸ਼ ਹੋਣੀ ਹੈ, ਬਿਜਲੀ ਚਮਕੂਗੀ, ਐਂਡ ਮੈਂ ਕੰਮ 'ਤੇ ਸੀ, ਬਹੁਤ ਹੀ ਤੇਜ਼ ਸੱਚੀ ਬਾਰਿਸ਼ ਹੋਈ। ਨੈਕਸਟ ਵੀਡੀਓ 'ਚ ਮੈਂ ਤੁਹਾਨੂੰ ਦਿਖਾਉਂਦੀ ਹਾਂ, ਦੇਖਿਓ ਕਿੱਦਾਂ ਆਵਾਜ਼ਾਂ ਆਉਂਦੀਆਂ ਬਾਰਿਸ਼ ਦੀਆਂ। ਜਿਵੇਂ ਕਿ ਤੁਹਾਨੂੰ ਵੀਡੀਓ ਦੇ ਟਾਈਟਲ ਤੋਂ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਅੱਜ ਚੱਲੇ ਹਾਂ ਟੈਸਕੋ। ਸੋ ਟੈਸਕੋ ਅਸੀਂ ਗਏ ਹਾਂ ਟੈਸਕੋ 'ਤੇ, ਪਰ ਇਹ ਵੱਡੀ ਟੈਸਕੋ ਆ ਜੋ ਮੈਰੀ ਹਿਲ 'ਚ ਆ। ਸੋ ਅਸੀਂ ਕੁਛ ਸਟੱਫ ਲੈਣਾ ਸੀ ਉੱਥੋਂ, ਸੋ ਅਸੀਂ ਚੱਲੇ ਹਾਂ ਮੈਰੀ ਹਿਲ ਟੈਸਕੋ। ਸੋ ਅੱਜ ਦੇਖਦੇ ਹਾਂ ਉੱਥੋਂ ਕੀ ਏਸ਼ੀਅਨ ਗਰੋਸਰੀ ਵਿੱਚ ਮਿਲਦਾ ਵਾ। ਜੋ ਕੁਛ ਮੈਨੂੰ ਲੱਗਾ ਮੈਂ ਤੁਹਾਨੂੰ ਉਹਦੇ ਪ੍ਰਾਈਜ਼ ਵੀ ਦੱਸੂੰਗੀ ਕਿੰਨੇ ਕਿੰਨੇ ਦਾ ਮਿਲਦਾ ਵਾ। ਬੇਬੀ ਦੇਖਿਆ ਸੀ, ਇੱਕ ਤੂੰ ਇੱਥੇ ਬਹਿ ਜਾਏਗਾ, ਉਹ ਮੈਂ ਚੁੱਕਾਂ ਤੈਨੂੰ, ਚੁੱਕਾਂ ਕਿ ਤੂੰ ਤੁਰ ਕੇ ਜਾਣਾ। ਇੱਕ ਕਿੱਥੇ ਆਇਆ ਸੀ ਸ਼ੋਪਿੰਗ? ਸੋ ਪਹਿਲਾਂ ਆਉਂਦੇ ਕੋਨਫਲੈਕਸ। ਇੱਥੇ ਇਹਨਾਂ ਦਾ ਪ੍ਰਾਈਜ਼ ਹੈ 2.85 ਪੈਂਸ। ਸੋ ਇੰਡੀਆ ਦੇ ਹਿਸਾਬ ਨਾਲ ਇੰਡੀਆ ਦਾ ਪਾਊਂਡ ਹੈਗਾ 95 ਰੁਪੀਜ਼, ਐਂਡ ਸੋ ਤੁਸੀਂ ਉਹਦੇ ਨਾਲ ਕੰਪੇਅਰ ਕਰ ਸਕਦੇ ਹੋ ਇੰਡੀਆ ਐਂਡ ਯੂਕੇ ਦੇ ਪ੍ਰਾਈਜ਼ ਦਾ। ਸੋ ਨੈਕਸਟ ਆਉਂਦੀ ਹੈ ਮਿਲਕੀ ਬਾਰ ਚੋਕਲੇਟ, ਜੋ ਆਪਾਂ ਨੂੰ ਇੰਡੀਆ ਤੋਂ ਵੀ ਮਿਲ ਜਾਂਦੀ ਹੈ। ਇੱਥੇ ਉਹਦਾ ਪ੍ਰਾਈਜ਼ ਹੈ ਜੀ 1 ਪਾਊਂਡ। ਸੋ ਓਰੀਓ ਬਿਸਕਿਟ, ਇਹਦਾ ਪ੍ਰਾਈਜ਼ ਆ 2 ਪਾਊਂਡਸ, ਇਹਦੇ ਵਿੱਚ 4 ਪੈਕ ਹੁੰਦੇ ਆ। ਸੋ ਇੱਥੇ ਇੱਕ ਕਲੱਬ ਕਾਰਡ ਦਾ ਕਾਰਡ ਬਣ ਜਾਂਦਾ ਵਾ, ਤੁਸੀਂ ਸਾਈਡ 'ਤੇ ਦੇਖੋਗੇ ਇੱਕ ਹੋਰ ਪ੍ਰਾਈਜ਼ ਲਿਖਿਆ ਹੋਣਾ 1.50 ਪਾਊਂਡ। ਸੋ ਜਿਹਦੇ ਕੋਲ ਕਲੱਬ ਕਾਰਡ ਆ ਉਹਨੂੰ ਉਹ ਪ੍ਰਾਈਜ਼ 'ਤੇ ਮਿਲ ਜਾਂਦੇ ਆ। ਸੋ ਨੈਕਸਟ ਆ ਜੀ ਡੇਰੀ ਮਿਲਕ ਚੋਕਲੇਟ, ਜੋ ਬੇਸਿਕਲੀ ਮੈਨੂੰ ਲੱਗਦਾ ਸਾਰਿਆਂ ਦੀ ਫੇਵਰੇਟ ਹੋਊਗੀ। ਸੋ ਇੱਥੇ ਡਿਫਰੈਂਟ ਫਲੇਵਰ ਹੈ, ਜਿੱਦਾਂ ਕੈਰਾਮਿਲ ਹੋ ਗਿਆ, ਫਰੂਟਸ ਐਂਡ ਨਟਸ ਹੋ ਗਿਆ, ਪਲੇਨ ਹੋ ਗਈ। ਸੋ ਇਹ ਪ੍ਰਾਈਜ਼ ਡਿਫਰ ਕਰਦੇ, ਜਿੱਦਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਤੇ ਲਿਖਿਆ 98 ਪੈਂਸ ਔਰ ਲਿਖਿਆ 1 ਪਾਊਂਡ ਐਂਡ 60 ਪੈਂਸ। ਸੋ ਜੀ ਨੈਕਸਟ ਆ ਜੀ ਰਸ, ਜੋ ਅਸੀਂ ਸਪੈਸ਼ਲੀ ਇੱਥੇ ਲੈਣਾ ਸੀ, ਹੋਰ ਕਿਤੇ ਮਿਲਦੇ ਨਹੀਂ ਸੀ, ਔਰ ਮੰਮੀ ਨੇ ਚਾਹ ਦੇ ਨਾਲ ਸਵੇਰੇ ਸਵੇਰੇ ਸਵਾਦ ਲੱਗਦੇ ਆ। ਸੋ ਇਹਦਾ ਪ੍ਰਾਈਜ਼ ਸੀ 1 ਪਾਊਂਡ ਐਂਡ 35 ਪੈਂਸ। ਸੋ ਅੱਗੇ ਆਉਂਦੀ ਹੈ ਜੀ ਖੰਡ, ਖੰਡ ਹੈਗੀ ਹੈ 65 ਪੈਂਸ ਦੀ 1 ਕਿਲੋ। ਅੱਗੇ ਆਉਂਦੀ ਹੈ ਮੂੰਗਫਲੀ, ਮੂੰਗਫਲੀ ਇੱਥੇ ਬੇਸਿਕਲੀ ਸਾਰੇ ਸਟੋਰਸ ਤੋਂ ਮਿਲ ਜਾਂਦੀ ਹੈ। ਇਹ ਕਿਸੇ ਸਟੋਰ 'ਤੇ 1 ਪਾਊਂਡ ਦੀ ਹੁੰਦੀ ਹੈ, ਕਿਤੇ 115 ਦੀ, 125 ਦੀ, ਡਿਪੈਂਡ ਕਰਦਾ ਵਾ। ਸੋ ਇੱਥੇ 2-3 ਦਾਲਾਂ ਨੇ, ਸੋ ਇਹ ਛੋਲਿਆਂ ਦੀ ਦਾਲ ਹੈ, ਇਹਦਾ ਪ੍ਰਾਈਜ਼ ਹੈ 1 ਪਾਊਂਡ ਐਂਡ 45 ਪੈਂਸ, ਅੱਧਾ ਕਿਲੋ ਵਾਸਤੇ। ਐਂਡ ਨਾਲ ਇਹਦੇ ਨਾਲ ਦਾਲ ਹੈਗੀ ਹੈ ਮੇਰੇ ਖਿਆਲ ਮਸਰਾਂ ਦੀ ਦਾਲ, ਜੋ ਆਪਾਂ ਕਹਿ ਦਿੰਦੇ ਹਾਂ ਕਾਲੇ ਮਸਰ। ਸੋ ਉਹਦਾ ਪ੍ਰਾਈਜ਼ ਵੀ ਸੇਮ ਆ 1.45, ਐਂਡ ਦਲੇ ਮਸਰਾਂ ਦੀ ਦਾਲ ਆ ਉਹਦਾ ਪ੍ਰਾਈਜ਼ ਵੀ ਸੇਮ ਆ 1.45 ਪਾਊਂਡਸ। ਸੋ ਇਹ ਤਿੰਨੋਂ ਜਿਹੜੇ ਪੈਕ ਆ ਇਹ ਹੈਗੇ ਆ ਅੱਧਾ ਅੱਧਾ ਕਿਲੋ ਦੇ। ਨੈਕਸਟ ਆ ਚਿੱਟੇ ਛੋਲੇ, ਸੋ ਚਿੱਟੇ ਛੋਲੇ ਜਿਹੜੇ ਆ ਉਹ 1 ਕਿਲੋ ਦਾ ਪੈਕ ਆ, ਸੋ ਇਹ ਹੈਗੇ ਆ 2 ਪਾਊਂਡ ਐਂਡ 35 ਪੈਂਸ। ਜੋ ਸਾਡੀ ਮੂੰਗੀ ਦੀ ਦਾਲ ਹੁੰਦੀ ਹੈ ਹਰੀ, ਜਿਹੜੀ ਜਿਹਦਾ ਕਲਰ ਹੁੰਦਾ ਹਰਾ, ਮੂੰਗੀ ਦੀ ਦਾਲ ਜਿਹੜੀ ਆ ਉਹਦਾ ਵੀ ਸੇਮ ਪ੍ਰਾਈਜ਼ ਹੈ ਜੀ 2.35 ਪੈਂਸ। ਬੇਸਣ, ਸੋ ਬੇਸਣ ਹੈਗਾ ਆ 1 ਕਿਲੋ 1 ਪਾਊਂਡ 90 ਪੈਂਸ ਦਾ। ਸੋ ਆਟਾ ਹੈਗਾ ਆ ਜੀ 10 ਕਿਲੋ ਦਾ ਪੈਕ 9 ਪਾਊਂਡਾਂ ਦਾ। ਸੋ ਇਹ ਨੇ ਜੀ ਟਿਲਡਾ ਦੇ ਰਾਈਸ, ਜੋ ਹੈਗੇ ਨੇ
15 ਪੌਂਡਾਂ ਦੇ 5 ਕਿਲੋ ਨਾਲ ਹੀ ਇੱਕ ਹੋਰ ਰਾਈਸ ਵੀ ਹੈਗੇ ਨੇ ਕੁਛ ਆਕਾਸ਼ ਬਾਸਮਤੀ ਰਾਈਸ ਉਹ ਹੈਗੇ ਨੇ 11 ਪੌਂਡਾਂ ਦੇ 5 ਕਿਲੋ ਸੋ ਸਟਾਰਟ ਕਰਦੇ ਹਾਂ ਮਸਾਲਿਆਂ ਤੋਂ ਜਿੱਦਾਂ ਇੱਥੇ ਇੱਕ ਮਸਾਲੇ ਹੈਗੇ ਚਿੱਲੀ ਪਾਊਡਰ ਹੈਗਾ ਜੋ ਐਕਸਟਰਾ ਹੋਟ ਆ 2.35 ਪੈਂਸ ਦਾ ਐਂਡ ਗਰਮ ਮਸਾਲਾ ਆ ਟਰਮਰਿਕ ਪਾਊਡਰ ਆ ਉਹ ਵੀ ਸੇਮ ਪ੍ਰਾਈਜ਼ ਆ 2.35 ਪੈਂਸ ਬੈਕ ਆ ਜਾਂਦੇ ਆ ਚਿੱਲੀ ਪਾਊਡਰ ਅਗੇਨ ਮਦਰਾਸ ਕਰੀ ਪਾਊਡਰ ਕੋਰੀਐਂਡਰ ਐਂਡ ਜੀਰਾ ਇਹ ਸਾਰੇ ਹੈਗੇ ਆ 1.15 ਪੈਂਸ ਦੇ ਸੋ ਇਹ ਸੀ ਜੀ ਅੱਜ ਦੀ ਟੈਸਕੋ 'ਤੇ ਜੋ ਅਸੀਂ ਲੈਣ ਆਏ ਸੀ ਅਸੀਂ ਲੈ ਲਿਆ ਜੋ ਮੈਨੂੰ ਲੱਗਾ ਮੈਂ ਤੁਹਾਨੂੰ ਪ੍ਰਾਈਜ਼ ਸ਼ੇਅਰ ਕੀਤੇ ਕਿ ਯੂਕੇ ਔਰ ਇੰਡੀਆ ਦਾ ਕੀ ਡਿਫਰੈਂਸ ਆ ਹੋਪ ਤੁਸੀਂ ਅੱਜ ਦੀ ਵੀਡੀਓ ਲਾਈਕ ਕੀਤੀ ਹੋਗੀ ਲਾਈਕ ਕੀਤੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਐਂਡ ਜਿਹਨੇ ਜਿਹਨੇ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਥੈਂਕਸ ਐਂਡ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਟੇਕ ਕੇਅਰ